ਰਿਹਾ ਸੀ ਟਿੱਬਾ ਰੋਡ ਤੋਂ ਗੋਪਾਲਪੁਰ ਗੋਪਾਲ ਨਗਰ ਵੱਲ ਆ ਰਿਹਾ ਸੀ। ਆਕਾਸ਼ਦੀਪ ਡਰਾਈਵਰ ਸੀ, ਬਲੈਰੋ ਗੱਡੀ ਚਲਾ ਰਿਹਾ ਸੀ ਤੇ ਉੱਥੇ ਗੋਪਾਲ ਚੌਂਕ ਦੇ ਪਿੱਛੇ ਥੋੜਾ ਰਸ਼ ਹੋਣ ਕਰਕੇ ਬ੍ਰੇਕ ਨਾ ਲੱਗਣ ਕਰਕੇ ਇਹ ਦੋ ਇੱਕ ਐਕਟਿਵਾ ਤੇ ਮੋਟਰਸਾਈਕਲ ਚੜ ਗਈ ਤੇ ਉੱਥੇ ਰੁਕ ਗਈ। ਇਹਦੇ ਨਾਲ ਪਰਿਵਾਰ ਨਾਲ ਹੀ ਸੀਗਾ ਤੇ ਰਾਤ ਹੀ ਗੱਡੀ ਬਲੈਰੋ ਕਬਜ਼ੇ ਚ ਲੈ ਲਈ ਸੀ ਤੇ ਮੋਟਰਸਾਈਕਲ ਵੀ ਇੱਥੇ ਲਿਆਂਦੇ ਸੀ। ਹੁਣ ਜਿਹਨਾਂ ਦਾ ਪਰਿਵਾਰ ਬੁਲਾਏ ਗਏ ਆ, ਤਫਤੀਸ਼ ਜਾਰੀ ਆ, ਜੋ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ। ਸਰ ਬਲੈਰੋ ਨਾਲ ਤੋੜਫੋੜ ਵੀ ਹੋਈ ਆ? ਤੋੜਫੋੜ ਕੀਤੀ ਹੋਈ ਆ। ਕੋਈ ਕੰਪਲੇਟਰ ਨਹੀਂ ਆਇਆ ਤੁਹਾਡੇ? ਕੰਪਲੇਟਰ ਹੁਣ ਆ ਰਹੇ ਆ, ਜੋ ਵੀ ਕਹਿਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ।